पर जिहड़ियां पखंडी साधां दी गल्लां कीतियां ने इहनां बारे मैं मन्नी क्योंकि अज सानूं पाकिस्तान तों घट खतरा इहनां तों ज्यादा आखो सतनाम श्री वाहिगुरु इह ओह बंबा ਜਿਹੜੇ ਜਿਹੜੇ ਇਹੋ ਜਿਹੇ ਚੱਲਦੇ ਆ ਬਸ ਪਰਮਾਣੂ ਬੰਬ ਵੀ ਇਹਨਾਂ ਅੱਗੇ ਫੇਲ ਹੈ ਸੋ ਕਹਿਣ ਤੋਂ ਭਾਵ ਜਰਨੈਲ ਸਿੰਘ ਇੱਕ ਫਿਲਾਸਫਰ ਹੋਇਆ ਉਹਨੇ ਲਿਖਿਆ ਕਹਿੰਦਾ ਕਿਸੇ ਦੇਸ਼ ਵਿੱਚ ਹਜ਼ਾਰਾਂ ਠੱਗ ਪੈਦਾ ਹੋ ਜਾਣ ਹਜ਼ਾਰਾਂ ਠੱਗ ਬਦਮਾਸ਼ ਲੁਟੇਰੇ ਉਸ ਦੇਸ਼ ਦਾ ਕੁਝ ਨਹੀਂ ਵਿਕੜੇਗਾ ਤੇ ਕਿਸੇ ਦੇਸ਼ ਵਿੱਚ ਇੱਕ ਪਖੰਡੀ ਸਾਧ ਪੈਦਾ ਹੋ ਜਾਏ ਨਾ ਉਹ ਕੌਮ ਨੂੰ ਗਰਕ ਕਰਕੇ ਰੱਖ ਦਿੰਦਾ ਤੇ ਸਾਡੇ ਇੱਕ ਥੋੜਾ ਅਸੀਂ ਤਾਂ ਗਿਣ ਹੀ ਨਹੀਂ ਸਕਦੇ ਆਖੋ ਸਤਨਾਮ ਸ਼੍ਰੀ ਹੁਣ ਤੇ ਸੁੱਖ ਨਾਲ ਸਾਡੇ ਸਕੂਲ ਨਹੀਂ ਇੰਨੇ ਪੰਜਾਬ ਦੀ ਧਰਤੀ ਤੇ ਜਿੰਨੇ ਡੇਰੇ ਬਣੇ ਹੋਏ ਆ ਤੇ ਜਿੰਨੇ ਇਹ ਸਾਧ ਆ ਪਖੰਡੀ ਉਹਨੇ ਮਾਸਟਰ ਨਹੀਂ ਭੈਣੋ ਮੇਰੇ ਕਲਕਿਆਂ ਵਾਲੇ ਪਾਤਸ਼ਾਹ ਨੇ ਸ਼ਰਮਾ ਸੁਲਤਾ ਕੇ ਇੱਕੋ ਇੱਕ ਮੰਗ ਮੰਗੀ ਸੀ ਤੁਹਾਡੇ ਕੋਲੋਂ ਆਗਿਆ ਪਈ ਅਕਾਲ ਕੀ ਤਬੈ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਕਿਹੜੀ ਭੈਣ ਅੱਜ ਵਿਰਲੀ ਹੋਈ ਜਿਹੜੀ ਨਾਨਕ ਨੂੰ ਮੰਨਦੀ ਹੋਵੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ 100 ਭੈਣ ਤੇ ਸਰਚ ਕਰਨ ਪੁੱਛਾਂ ਕੁੜੇ ਤੂੰ ਸਿੱਖਾਂ ਦੀ ਕੁੜੀ ਹਾਂ ਅੰਨਾ ਤੈਨੂੰ ਦੀਦਾ ਨਹੀਂ ਫੇ ਤੂੰ ਕਿਹਨੂੰ ਮੰਨਦੀ ਹੈ ਫਲਾਣੇ ਬਾਬੇ ਅਸੀਂ ਮੱਸਿਆ ਤੇ ਜਾਈਦਾ ਉੱਥੇ ਅਸੀਂ ਕਦੇ ਨਾ ਪਾਇਆ ਹੀ ਸੋ ਕਹਿਣ ਤੋਂ ਭਾਵ ਕੋਈ ਇੱਕ ਹੋਏਗੀ ਹਜ਼ਾਰ ਚੋਂ ਜਿਹੜੀ ਆਖਦੀ ਹੋਵੇਗੀ ਮੇਰਾ ਨਾਨਕ ਮੇਰਾ ਮੇਰਾ ਗੁਰੂ ਗ੍ਰੰਥ ਸਾਹਿਬ ਮੇਰਾ ਮੈਂ ਉਹਨੂੰ ਮੰਨਣਾ ਮੈਂ ਗੁਰਦੁਆਰੇ ਜਾਣੀ दो लफ्ज कहन लगा ही नोट करके रख लियो जितने गुरुद्वारे च रौनक लगनिया शुरू हुई सिखी उदन प्रफुल्लत होनी ਡੇਰਿਆਂ ਦੀਆਂ ਰੌਣਕਾਂ ਨਾਲ ਸਿੱਖੀ ਪ੍ਰਫੁੱਲਤ ਨਹੀਂ ਹੋਣੀ ਕਿਉਂਕਿ ਉੱਥੇ ਕੁਝ ਦੇ ਨਾਲ ਹੀ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਜੋੜਿਆ ਜਾਂਦਾ ਤੇ ਫਿਰ ਉੱਥੋਂ ਤੋੜ ਕੇ ਮੈਂ ਹੈਰਾਨ ਹੁੰਦਾ ਇਹ ਬੀਬੀਆਂ ਕਦੀ ਕਿਸੇ ਸਾਧ ਨੂੰ ਕਹਿੰਦੀਆਂ ਸੀ ਪਿਤਾ ਜੀ ਪਿਤਾ ਜੀ ਆਪਣੇ ਡੈਡੀ ਨੂੰ ਉਹ ਬੁੜਿਆ ਉਹ ਕਿੱਧਰ ਹੈ ਤੂੰ ਆ ਕਿੱਧਰ ਤੁਰਿਆ ਹੁਣ ਪਿਓ ਨੂੰ ਬੁੜਾ ਮਾਂ ਨੂੰ ਬੁੜੀ ਤੇ ਉਸ ਪਖੰਡੀ ਸਾਧ ਨੂੰ ਪਿਤਾ ਜੀ ਆ ਜਦੋਂ ਲੱਗਾ ਨਾ ਪਤਾ ਤੇ ਫਿਰ ਪਤਾ ਕਿ ਤੂੰ ਕੀ ਆਖਣ ਬੁੜੇ ਬੁਛਾਟ ਮਸੀ ਕੰਜਰ ਸੀ ਐਵੇਂ ਜਾਂਦੀਆਂ ਸੀ ਆਪਾਂ ਉਹਦੇ ਕੋਲ ਸੋ ਕਹਿਣ ਤੋਂ ਭਾਵ ਬੀਬੀਓ ਮੇਰੇ ਨਾਨਕ ਨਾਲ ਜੁੜਿਆ ਕਰੋ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਇੱਕ ਸ਼ੇਰ ਕਹਿ ਕੇ ਖਿਵਾਂ ਦਾ ਆਜ਼ਾਦ ਖੋਣ ਲੱਗਾ ਹੈ ਹਮਾਰੇ ਤੋਂ ਰੱਬ ਕੇ ਲੀਏ ਬਸ ਇਤਨਾ ਹੀ ਕਾਫੀ ਹੈ हम उन रस्तों पे नहीं चलते जो रस्ते आम आते रही गुलजार तो फूल खिलते रहेंगे रही जिंदगी तो फिर मिलते रहेंगे।